ਇਹ ਬੇਟੀ ਆਪਣੇ ਮਾਤਾ ਪਿਤਾ ਨੂੰ 6 ਸਾਲ ਬਾਅਦ ਮਿਲੀ ਹੈ ਜੋ ਲਾਪਤਾ ਸੀ ਤੇ ਮਾਨਸਿਕ ਰੂਪ ਤੋਂ ਵੀ ਲੜਕੀ ਬਿਮਾਰ ਹੈ। 2019 ਤੋਂ ਗਵਾਚੀ ਲੜਕੀ 2024 ਚ ਮਾਪਿਆਂ ਨੂੰ ਮਿਲੀ ਹੈ, ਜਿਸ ਕਾਰਨ ਹੁਣ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਤੇ ਇਸ ਲੜਕੀ ਨੂੰ ਲੱਭਣ ਦਾ ਸਾਰਾ ਕ੍ਰੈਡਿਟ ਹਰਿਆਣਾ ਪੁਲਿਸ ਦੀ ਐਂਟੀ ਹਿਊਮਨ ਯੂਨਿਟ ਨੂੰ ਜਾਂਦਾ ਹੈ, ਜਿਸ ਨੇ 6 ਸਾਲ ਤੋਂ ਪ੍ਰਯਾਗਰਾਜ ਉੱਤਰ ਪ੍ਰਦੇਸ਼ ਤੋਂ ਲਾਪਤਾ 12 ਸਾਲ ਦੀ ਲੜਕੀ ਨੂੰ ਉਸਦੇ ਪਰਿਵਾਰ ਨੂੰ ਮਿਲਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਲੜਕੀ ਨੂੰ ਸਟੇਟ ਕ੍ਰਾਈਮ ਬ੍ਰਾਂਚ ਦੀ ਐਂਟੀ ਹਿਊਮਨ ਟੈਰਫਿੰਗ ਯੂਨਿਟ ਪੰਚਕੂਲਾ 'ਚ ਕਾਰਜਕਾਰੀ ASI ਰਾਜੇਸ਼ ਕੁਮਾਰ ਨੇ ਸਖ਼ਤ ਮਿਹਨਤ ਦੇ ਨਾਲ ਤਲਾਸ਼ ਕੀਤਾ ਹੈ ਤੇ ਪਰਿਵਾਰ ਦੇ ਹਵਾਲੇ ਕੀਤਾ ਹੈ। ਹੁਣ ਤੁਹਾਨੂੰ ਦੱਸ ਦਿਆ ਕਿ ਇਹ ਸਾਰਾ ਮਾਮਲਾ ਕੀ ਸੀ। ਦਰਅਸਲ ਹਰਿਆਣਾ ਦੀ ਐਂਟੀ ਹਿਊਮਨ ਟੈਰਫਿੰਗ ਯੂਨਿਟ ਨੂੰ 29 ਜਨਵਰੀ 2024 ਨੂੰ ਇੱਕ ਸੂਚਨਾ ਪ੍ਰਾਪਤ ਹੋਈ ਕਿ ਇੱਕ ਗੁੰਮਸ਼ੁਦਾ ਲੜਕੀ ਜਿਸ ਦੀ ਉਮਰ 18 ਸਾਲ ਹੈ ਨਰਾਇਣਗੜ੍ਹ ਸਥਿਤ ਚਾਈਲਡ ਕੇਅਰ ਇੰਸਟੀਚਿਊਟ ਦੇ ਵਿੱਚ ਰਹਿ ਰਹੀ ਹੈ। ਇਹ ਲੜਕੀ 6 ਸਾਲ ਤੋਂ ਯਮੁਨਾਨਗਰ ਬਾਲਕੁੰਜ ਛਿਛਰੋਲੀ ਦੇ ਵਿੱਚ ਰਹਿ ਰਹੀ ਸੀ, ਜੋ ਕਿ 21 ਨਵੰਬਰ 2019 'ਚ ਰੇਲਵੇ ਸਟੇਸ਼ਨ ਅੰਬਾਲਾ ਤੇ ਲਾਵਾਰਸ ਹਾਲਤ ਦੇ ਵਿੱਚ ਮਿਲੀ ਸੀ। ਇਸ ਮਾਮਲੇ ਦੀ ਜਾਂਚ ASI ਰਾਜੇਸ਼ ਕੁਮਾਰ ਨੂੰ ਸੌਂਪੀ ਗਈ। ASI ਰਾਜੇਸ਼ ਕੁਮਾਰ ਨੇ ਗੁੰਮਸ਼ੁਦਾ ਲੜਕੀ ਦੇ ਨਾਲ ਵੀਡੀਓ ਕਾਲਿੰਗ ਕਰਦੇ ਹੋਏ ਉਸਦੀ ਕਈ ਵਾਰ ਕਾਉਂਸਲਿੰਗ ਕੀਤੀ, ਕਿਉਂਕਿ ਲੜਕੀ ਮਾਨਸਿਕ ਰੂਪ ਤੋਂ ਬਿਮਾਰ ਸੀ ਤਾਂ ਉਹ ਆਪਣੇ ਬਾਰੇ ਜ਼ਿਆਦਾ ਜਾਣਕਾਰੀ ਦੇਣ ਦੇ ਵਿੱਚ ਅਸਮਰਥ ਸੀ। ਉਹ ਹਮੇਸ਼ਾ ਬਾਰ-ਬਾਰ ਮੁਗਲ ਸਰਾਏ ਨਾਮਕ ਇੱਕ ਸ਼ਬਦ ਬੋਲਦੀ ਰਹਿੰਦੀ ਸੀ, ਜਿਸ ਨੂੰ ਆਧਾਰ ਮੰਨ ਕੇ ਗੁੰਮਸ਼ੁਦਾ ਲੜਕੀ ਦੀ ਪਹਿਚਾਣ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਹਰਿਆਣਾ ਸਹਿਤ ਉੱਤਰ ਪ੍ਰਦੇਸ਼ ਦੇ ਪੁਲਿਸ ਥਾਣੇ ਦੇ ਵਿੱਚ ਸੰਪਰਕ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਲੜਕੀ ਦੀ ਆਵਾਜ਼ ਦੀ ਰਿਕਾਰਡਿੰਗ ਕਰਕੇ ਤੇ ਛੋਟੇ ਛੋਟੇ ਸੁਰਾਗ ਦੇ ਤਾਰ ਜੋੜਦੇ ਹੋਏ ਉਸਦੇ ਪਰਿਵਾਰ ਦੀ ਵੀ ਤਲਾਸ਼ ਕੀਤੀ ਗਈ। ਪਰਿਵਾਰ ਦੇ ਮੈਂਬਰਾਂ ਨੇ ਵੀਡੀਓ ਕਾਲ ਦੇ ਜ਼ਰੀਏ ਕਿਸ਼ੋਰੀ ਨੂੰ ਪਹਿਚਾਣ ਲਿਆ, ਜਿਸ ਦੇ ਬਾਅਦ ਗੁੰਮਸ਼ੁਦਾ ਲੜਕੀ ਨੂੰ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। 6 ਸਾਲ ਬਾਅਦ ਆਪਣੀ ਬੇਟੀ ਨੂੰ ਪਾ ਕੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਅਤੇ ਖੁਸ਼ੀ ਦੇ ਮਾਰੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਲਗਾਤਾਰ ਅਥਰੂ ਵਹਿੰਦੇ ਨਜ਼ਰ ਆਏ। ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਉਹਨਾਂ ਦੀ ਬੇਟੀ ਉਹਨਾਂ ਨੂੰ ਕਦੇ ਵਾਪਸ ਵੀ ਮਿਲੇਗੀ, ਪਰ ਹਰਿਆਣਾ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਆਖਿਰਕਾਰ ਉਹਨਾਂ ਨੂੰ ਆਪਣੀ ਬੇਟੀ ਵਾਪਸ ਮਿਲ ਹੀ ਗਈ ਹੈ। ਕਿਸ਼ੋਰੀ ਦੀ ਮਾਤਾ ਨੇ ਦੱਸਿਆ ਹੈ ਕਿ ਉਹਨਾਂ ਦੀ ਲੜਕੀ ਸਾਲ 2019 ਦੇ ਵਿੱਚ ਹਰੀਆ ਰੇਲਵੇ ਸਟੇਸ਼ਨ ਤੋਂ ਵਿਛੜ ਗਈ ਸੀ ਤੇ ਉਹ ਥੋੜਾ ਮਾਨਸਿਕ ਬਿਮਾਰ ਵੀ ਹੈ ਅਤੇ ਬੋਲਣ ਦੇ ਵਿੱਚ ਅਤੇ ਸਮਝਣ ਦੇ ਵਿੱਚ ਉਸਨੂੰ ਮੁਸ਼ਕਿਲ ਵੀ ਆਉਂਦੀ ਹੈ। ਆਪਣੀ ਬੇਟੀ ਦੇ ਘਰ ਵਾਪਸੀ ਤੇ ਪਰਿਵਾਰ ਨੇ ਹੁਣ ਹਰਿਆਣਾ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ।